I'm Chloe. And you, what's your name? ਕਿਹਾ ਜਾਂਦਾ ਕਿ ਆਉਣ ਵਾਲਾ ਸਮਾਂ ਸਾਰਾ ਟੈਕਨੋਲੋਜੀ ਤੇ ਡਿਪੈਂਡ ਹੋ ਜਾਵੇਗਾ, ਯਾਨੀ ਕਿ ਹਰ ਕੰਮ ਮਸ਼ੀਨਾਂ ਰਾਹੀਂ ਹੋਣ ਲੱਗ ਜਾਏਗਾ। ਟੈਕਨੋਲੋਜੀ ਇੰਨੀ ਕੁ ਜ਼ਿਆਦਾ ਐਡਵਾਂਸ ਹੋ ਜਾਵੇਗੀ। ਜੇਕਰ ਅਜਿਹਾ ਹੁੰਦਾ ਵੀ ਆ ਤਾਂ ਲੋਕਾਂ ਵਾਸਤੇ ਕਿਤੇ ਨਾ ਕਿਤੇ ਚੰਗੀ ਗੱਲ ਵੀ ਆ ਅਤੇ ਮਾੜੀ ਗੱਲ ਵੀ ਜ਼ਰੂਰ ਹੈ, ਕਿਉਂਕਿ ਜੇਕਰ ਸਾਰਾ ਕੰਮ ਮਸ਼ੀਨਾਂ ਰਾਹੀਂ ਹੋਣ ਲੱਗ ਗਿਆ ਤਾਂ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਣਗੇ। ਅਜਿਹੀ ਇੱਕ ਤਸਵੀਰ ਤਾਂ ਸਾਂਝੀ ਕਰਨ ਜਾ ਰਹੇ ਹਾਂ ਜੋ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਤੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ, ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਮਨਜੋਤ ਸਿੰਘ। ਜੀ ਹਾਂ, ਖਬਰ ਚਾਈਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਚਾਈਨਾ ਨੇ ਇਨਸਾਨ ਨੂੰ ਜਨਮ ਦਿੱਤਾ ਹੈ। ਵੈਸੇ ਤਾਂ ਇਨਸਾਨ ਨੂੰ ਬਣਾਉਣ ਵਾਲਾ ਰੱਬ ਹੁੰਦਾ ਹੈ, ਲੇਕਿਨ ਚਾਈਨਾ ਨੇ ਵੀ ਇੱਕ ਅਜਿਹਾ ਰੋਬੋਟ ਤਿਆਰ ਕੀਤਾ ਹੈ ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜੀ ਹਾਂ, ਅਜਿਹਾ ਅਸੀਂ ਫਿਲਮਾਂ ਵਿੱਚ ਜਾਂ ਫਿਰ ਕਾਰਟੂਨ ਦੇ ਵਿੱਚ ਦੇਖਦੇ ਹਾਂ, ਲੇਕਿਨ ਹੁਣ ਹਕੀਕਤ ਵਿੱਚ ਵੀ ਅਜਿਹਾ ਦੇਖਣ ਨੂੰ ਮਿਲਿਆ ਹੈ ਜਿਸ ਨੂੰ ਵੇਖ ਕੇ ਤੁਸੀਂ ਹੱਕੇ ਬੱਕੇ ਰਹਿ ਜਾਓਗੇ। ਯਾਨੀ ਕਿ ਚਾਈਨਾ ਨੇ ਇੱਕ ਰੋਬੋਟ ਤਿਆਰ ਕੀਤਾ ਹੈ ਜਿਸ ਨੂੰ ਇੱਕ ਇਨਸਾਨ ਦਾ ਰੂਪ ਦਿੱਤਾ ਹੈ। ਪਹਿਲਾਂ ਵੀਡੀਓ ਦੇਖ ਲਓ, ਫਿਰ ਕਰਦੇ ਹਾਂ ਚਰਚਾ। For starters, what should I call you? I'm Chloe. And you, what's your name? Oh, John. My name is John. Delighted to meet you, John. Could you tell us a little about yourself and what you can do, Chloe? Of course. I'm the first personal assistant built by CyberLife. I take care of most everyday tasks like cooking, housework, or managing your appointments, for example. Hmm. And I understand you're the first android to have passed the Turing test. Could you tell us a little more about that? I really didn't do much, you know. I just spoke with a few humans to see if they could tell the difference between me and a real person. But it was a really interesting experience. But this is the first time in history that man has created a machine more intelligent than himself. I gather your brain can perform several billion billion operations per second, is that right? Absolutely, but I only exist thanks to the intelligence of the humans who designed me. And you know, they have something I could never have. ਜਿਹੜੀ ਵੀਡੀਓ ਤੁਸੀਂ ਵੇਖੀ ਆ, ਤੁਹਾਨੂੰ ਦੱਸ ਦਿੰਦੇ ਹਾਂ, ਇਸ ਮਸ਼ੀਨ ਦਾ ਨਾਮ ਹੂਰੀ ਦਿੱਤਾ ਗਿਆ, ਯਾਨੀ ਕਿ ਇਸ ਮਸ਼ੀਨ ਨੂੰ ਹੂਰੀ ਨਾਮ ਦਿੱਤਾ ਗਿਆ ਰੋਬੋਟ ਨੂੰ। ਅਤੇ ਇਹ ਕਿਉਂਕਿ ਇਹ ਨਕਲੀ ਬੁੱਧੀ ਦਾ ਕੰਮ ਕਰਦੀ ਹੈ, ਇਹ 99% ਸ਼ੁੱਧਤਾ ਨਾਲ ਕੋਈ ਵੀ ਭਾਸ਼ਾ ਬੋਲ ਸਕਦੀ ਹੈ। ਅਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ, ਭਾਰਤ ਜਲਦ ਹੀ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਇਸ ਹੂਰੀ ਨੂੰ ਲਾਂਚ ਕਰਨ ਜਾ ਰਿਹਾ, ਜਿਸ ਵਿੱਚ ਕੋਈ ਵੀ ਆਤਮਾ ਨਹੀਂ, ਨਾ ਕੁਝ ਖਾਣ ਪੀਣ ਦੀ ਜ਼ਰੂਰਤ, ਨਾ ਹੀ ਕੁਦਰਤ ਦੇ ਸੱਦਾ। ਇਸ ਨੂੰ ਹੂਰੀ ਨਾਮ ਦਿੱਤਾ ਗਿਆ ਅਤੇ ਦੱਸ ਦਿੰਦੇ ਹਾਂ, 72 ਘੰਟੇ ਬਿਨਾਂ ਰੁਕੇ ਕੰਮ ਕਰ ਸਕਦਾ ਹੈ। ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ, ਇਸ ਦੀ ਕੀਮਤ 2 ਲੱਖ ਰੁਪਏ ਬਿਨਾਂ ਟੈਕਸਿਸ ਤੋਂ ਦੱਸੀ ਗਈ ਹੈ ਅਤੇ ਜਲਦ ਹੀ ਭਾਰਤ ਵਿੱਚ ਵੀ ਲਾਂਚ ਕੀਤੀ ਜਾਊਗੀ। ਯਾਨੀ ਕਿ ਇਹ ਮਸ਼ੀਨ ਭਾਰਤ ਵਿੱਚ ਦੇਖਣ ਨੂੰ ਵੀ ਮਿਲ ਜਾਏਗੀ ਲੋਕਾਂ ਨੂੰ। ਵੈਸੇ ਅਕਸਰ ਅਸੀਂ ਇਹ ਫਿਲਮਾਂ ਵਿੱਚ ਜਾਂ ਫਿਰ ਕਾਰਟੂਨਾਂ ਵਿੱਚ ਹੀ ਵੇਖਦੇ ਹੁੰਦੇ, ਅਜਿਹੀਆਂ ਗੱਲਾਂ ਹੁਣ ਹਕੀਕਤ ਵਿੱਚ ਦੇਖਣ ਨੂੰ ਵੀ ਮਿਲ ਰਹੀਆਂ ਨੇ। ਕਈ ਨਿੱਜੀ ਚੈਨਲਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਇਹ ਖਬਰ ਬਿਲਕੁਲ ਫੇਕ ਆ, ਲੇਕਿਨ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਅਤੇ ਆਪਣੀ ਰਾਏ ਵੀ ਜ਼ਰੂਰ ਦੇਣਾ, ਅਤੇ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।